ਸਾਡੇ ਨਾਲ ਰਾਮ ਭਗਤਾ ਦੇ ਵਿੱਚ ਜੋ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਮਨਪ੍ਰੀਤ ਕੌਰ ਉਹਨਾਂ ਦੀ ਸਿਸਟਰ ਇੱਥੇ ਰਾਮ ਭਗਤਾ ਦੇ ਦਰਸ਼ਨ ਲਈ ਪਹੁੰਚੇ ਨੇ। ਮਨਪ੍ਰੀਤ ਜੀ, ਅੱਜ ਰਾਮ ਭਗਤਾ ਦੇ ਦਰਸ਼ਨ ਕਰਨ ਲਈ ਪਹੁੰਚੇ, ਕਿੱਦਾਂ ਦਾ ਲੱਗਿਆ? ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਰਾਮਨੌਮੀ ਦੀਆਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਕਰੇ ਵੀ ਪ੍ਰਭੂ ਰਾਮ ਦਾ ਆਸ਼ੀਰਵਾਦ ਸਾਰਿਆਂ ਦੇ ਸਿਰ 'ਤੇ ਸਦਾ ਬਣਿਆ ਰਹੇ ਅਤੇ ਸਾਰਿਆਂ ਦੇ ਘਰਾਂ 'ਚ ਸਮਰਿੱਧੀ ਬਖਸ਼ੇ, ਤੰਦਰੁਸਤੀਆਂ ਰਹਿਣ। ਅਤੇ ਬਹੁਤ ਚੰਗਾ ਲੱਗਿਆ ਜੀ, ਪੰਜਾਬ ਕੇਸਰੀ ਗਰੁੱਪ ਵੱਲੋਂ, ਜਗਬਾਣੀ ਗਰੁੱਪ ਵੱਲੋਂ ਜਿਹੜਾ ਇਹ ਅੱਜ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਕਰਵਾਇਆ ਗਿਆ। ਬਾਈ ਜੀ ਗੁਜਰਾਤ ਸੀਗੇ ਅਤੇ ਉਹਨਾਂ ਨੇ ਮੇਰੀ ਡਿਊਟੀ ਲਾਈ ਕਿ ਇੱਥੇ ਹਾਜ਼ਰੀ ਲਵਾਉਣੀ ਹੈ, ਤਾਂ ਬਹੁਤ ਚੰਗਾ ਲੱਗਿਆ ਸਾਰਿਆਂ ਦੇ ਦਰਸ਼ਨ ਕਰਕੇ। ਅੱਜ ਰਾਮ ਭਗਤਾਂ ਨਾਲ ਮਿਲੇ ਹੋ, ਦਰਸ਼ਨ ਕੀਤੇ, ਕਿੱਦਾਂ ਦਾ ਲੱਗਿਆ ਸ਼ੋਭਾ ਯਾਤਰਾ? ਬਹੁਤ ਚੰਗਾ ਲੱਗਿਆ ਜੀ। ਸਾਡੇ ਪੰਜਾਬ 'ਚ ਤਾਂ ਪਹਿਲਾਂ ਹੀ ਸਾਰੇ ਧਰਮ ਜਿਹੜੇ ਇੱਕ ਦੂਜੇ ਦਾ ਆਦਰ ਕਰਦੇ ਆ ਅਤੇ ਬਹੁਤ ਉਹਦੇ ਨਾਲ ਮਨਾਏ ਜਾਂਦੇ ਆ ਸਾਰੇ ਧਾਰਮਿਕ ਜਿਹੜੇ ਸਮਾਗਮ ਹੁੰਦੇ ਨੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤੁਸੀਂ ਦੇਖਿਆ ਸੀ, ਗੱਲਬਾਤ ਕੀਤੀ ਗਈ ਹੈ ਮਨਪ੍ਰੀਤ ਕੌਰ ਦੇ ਨਾਲ, ਸਾਡੇ ਨਾਲ ਕੈਬਨਿਟ ਮੰਤਰੀ ਧਾਰੀਵਾਲ ਸਾਹਿਬ। ਤੁਸੀਂ ਦੇਖ ਰਹੇ ਹੋ, ਅਸੀਂ ਗੱਲਬਾਤ ਕਰਦੇ ਹਾਂ। ਧਾਰੀਵਾਲ ਸਾਹਿਬ ਵੀ ਇੱਥੇ ਪਹੁੰਚੇ ਨੇ ਰਾਮ ਭਗਤਾਂ ਦੇ ਦਰਸ਼ਨ ਕਰਨ ਲਈ। ਧਾਰੀਵਾਲ ਸਾਹਿਬ, ਅੱਜ ਰਾਮ ਭਗਤਾਂ ਦੇ ਦਰਸ਼ਨ ਕਰਨ ਲਈ ਪਹੁੰਚੇ, ਕਿੱਦਾਂ ਲੱਗਿਆ? ਬਹੁਤ ਬਹੁਤ ਮਨ ਸ਼ਾਂਤ, ਬਹੁਤ ਸ਼ਾਂਤੀ ਮਿਲੀ, ਬਹੁਤ ਪ੍ਰਭੂ ਦੇ ਦਰਸ਼ਨ। ਤੁਸੀਂ ਦੇਖ ਰਹੇ ਹੋ ਜੋ ਅਸੀਂ ਗੱਲਬਾਤ ਕੀਤੀ ਗਈ ਹੈ, ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵੀ ਰਾਮ ਭਗਤਾਂ ਦੇ ਦਰਸ਼ਨ ਕਰਨ ਲਈ ਪਹੁੰਚੇ ਨੇ, ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ। ਕਿੱਦਾਂ ਲੱਗ ਰਿਹਾ? ਹਰ ਸਾਲ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈਣ ਲਈ ਪਹੁੰਚਦੇ ਨੇ ਇਹ ਸਾਡੇ ਨਾਲ ਚਰਨਜੀਤ ਸਿੰਘ ਚੰਨੀ, ਜੋ ਇੱਥੇ ਅਲੱਗ ਅਲੱਗ ਸਿਆਸੀ ਪਾਰਟੀਆਂ ਪਹੁੰਚੀਆਂ ਹੈਗੀਆਂ, ਇਹ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚੰਨੀ ਜੀ, ਅੱਜ ਸ਼ੋਭਾ ਯਾਤਰਾ ਰਾਮਨੌਮੀ ਉਸ ਕਮੇਟੀ ਦੀ ਤੁਸੀਂ ਪਹੁੰਚੇ ਹੋ, ਇਹ ਰਾਮ ਭਗਤਾਂ ਦੇ ਦਰਸ਼ਨ ਕੀਤੇ ਗਏ? ਰਾਮਨੌਮੀ ਦੇ ਪਵਿੱਤਰ ਦਿਨ 'ਤੇ ਅੱਜ ਭਗਵਾਨ ਰਾਮ ਜੀ ਦਾ ਜਨਮ ਦਿਨ ਹੈ। ਜਗਬਾਣੀ ਪੰਜਾਬ ਕੇਸਰੀ ਗਰੁੱਪ ਵੱਲੋਂ ਹਰ ਸਾਲ ਦੀ ਤਰ੍ਹਾਂ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ, ਯਾਤਰਾ ਨਿਕਲ ਰਹੀ ਹੈ। ਮੈਂ ਧੰਨਵਾਦੀ ਹਾਂ ਜਗਬਾਣੀ ਗਰੁੱਪ ਦਾ, ਪੰਜਾਬ ਕੇਸਰੀ ਗਰੁੱਪ ਦਾ, ਚੋਪੜਾ ਸਾਹਿਬ ਦਾ, ਜਿਹੜੇ ਹਰ ਸਾਲ ਰਾਮ ਨਾਮ ਦੇ ਨਾਮ 'ਤੇ, ਰਾਮ ਜੀ ਦੇ ਜਨਮ ਦਿਨ 'ਤੇ ਇਹ ਬਹੁਤ ਬੜੀ ਸ਼ੋਭਾ ਯਾਤਰਾ ਕੱਢਦੇ ਹੈ। ਬਹੁਤ ਬਹੁਤ ਵਧਾਈ ਸਾਰਿਆਂ ਨੂੰ। ਰਾਮ ਭਗਤਾਂ ਨੂੰ ਵੀ ਮਿਲੇ ਹੋ, ਦਰਸ਼ਨ ਕੀਤੇ ਰਾਮ ਭਗਤਾਂ ਦੇ ਨਾਲ? ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ ਅਤੇ ਬਹੁਤ ਹੀ ਅੱਛਾ ਲੱਗਿਆ। ਸਾਡੇ ਨਾਲ ਕੈਬਨਿਟ ਮੰਤਰੀ ਜਿੰਪਾ ਜੀ। ਜਿੰਪਾ ਜੀ, ਅੱਜ ਹਰ ਸਾਲ ਤੁਸੀਂ ਪਹੁੰਚਦੇ ਹੋ ਰਾਮਨੌਮੀ ਦੀ ਸ਼ੋਭਾ ਯਾਤਰਾ 'ਤੇ, ਰਾਮ ਭਗਤਾਂ ਨਾਲ ਗੱਲਬਾਤ ਕੀਤੀ? ਰਾਮਨੌਮੀ ਦੀਆਂ ਸਾਰੀ ਹੀ ਦੁਨੀਆਂ ਨੂੰ ਮੁਬਾਰਕਾਂ, ਕਿਉਂਕਿ ਭਗਵਾਨ ਰਾਮ ਸਾਰੀ ਦੁਨੀਆਂ ਦੇ ਹੈ, ਯੂਨੀਵਰਸਲ ਹੈ। ਔਰ ਇਸ ਸ਼ੁਭ ਮੌਕੇ 'ਤੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਰਾਮਨਵਮ ਉਤਸਵ ਕਮੇਟੀ, ਧਾਰਮਿਕ ਸਦਭਾਵਨਾ ਕਮੇਟੀ ਦੇ ਪੰਜਾਬ ਕੇਸਰੀ ਜਗਬਾਣੀ ਗਰੁੱਪ ਵੱਲੋਂ ਜਿਹੜਾ ਐਡਾ ਵੱਡਾ ਜਿਹੜਾ ਉਦਘੋਸ਼ਣ ਆ, ਉਹਦਾ ਬਹੁਤ ਬਹੁਤ ਹਮੇਸ਼ਾ ਹੀ ਇਹਨਾਂ ਨੇ ਜਲੰਧਰ ਸ਼ਹਿਰ ਨੂੰ ਰਾਮਨੌਮੀ ਦੇ ਅਵਸਰ 'ਤੇ ਰਾਮਮਈ ਕੀਤਾ। ਰਿੰਕੂ ਜੀ, ਰਿੰਕੂ ਜੀ, ਕਿੱਦਾਂ ਲੱਗ ਰਿਹਾ ਅੱਜ ਰਾਮ ਭਗਤਾਂ ਦੇ ਨਾਲ? ਅੱਜ ਪ੍ਰਭੂ ਰਾਮ ਜੀ ਦਾ ਆਗਮਨ ਪਰਵ ਹੈ ਔਰ ਅੱਜ ਦੇ ਦਿਨ ਦੀ ਖੁਸ਼ੀ ਇਸ ਕਰਕੇ ਜ਼ਿਆਦਾ ਕਿਉਂਕਿ 550 ਸਾਲ ਬਾਅਦ ਜਿਹੜੇ ਰਾਮ ਭਗਤ ਹੈ ਉਹਨਾਂ ਦੀ ਆਸ ਮੁਰਾਦ ਪੂਰੀ ਹੋਈ ਹੈ ਔਰ ਇੱਕ ਭਵਯ ਸੁੰਦਰ ਪ੍ਰਭੂ ਰਾਮ ਜੀ ਦਾ ਜਿਹੜਾ ਮੰਦਿਰ ਹੈ, ਰਾਮ ਲੱਲਾ ਜੀ ਦਾ ਜਿਹੜਾ ਮੰਦਿਰ ਹੈ, ਬਣ ਕੇ ਤਿਆਰ ਹੋਇਆ। ਔਰ ਮੈਂ ਅੱਜ ਦੇ ਇਸ ਦਿਹਾੜੇ ਦੇ ਉੱਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਦਰਨੀਏ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਉਚੇਚੇ ਤੌਰ ਦੇ ਉੱਤੇ ਵਧਾਈ ਦੇਣਾ ਚਾਹੁੰਦਾ ਕਿਉਂਕਿ ਅੱਜ ਦੀ ਜਿਹੜੀ ਖੁਸ਼ੀ ਹੈ ਇਹ ਸ਼੍ਰੀ ਨਰਿੰਦਰ ਮੋਦੀ ਜੀ ਕਰਕੇ ਹੀ ਮੈਂ ਸਮਝਦਾ ਕਿ ਦੁੱਗਣੀ ਹੋ ਚੁੱਕੀ ਹੈ ਕਿ ਸੰਗਤ ਅੱਜ ਬਹੁਤ ਵਿਸ਼ਾਲ ਗਿਣਤੀ ਦੇ ਵਿੱਚ ਅੱਜ ਜਿਹੜੀ ਸੜਕਾਂ 'ਤੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਈ ਹੈ। ਸੋ ਮੈਂ ਉਚੇਚੇ ਤੌਰ ਦੇ ਉੱਤੇ ਅੱਜ ਸਾਡੇ ਆਦਰਨੀਏ ਸਾਡੇ ਬਾਓ ਜੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ, ਸ਼੍ਰੀ ਅਵਿਨਾਸ਼ ਚੋਪੜਾ ਜੀ ਦਾ,
ਧੰਨਵਾਦ ਕਰਦਾ ਕਿ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਲੰਧਰ ਨੂੰ ਰਾਮ ਭਗਤਾਂ ਦੇ ਨਾਲ ਰਾਮ ਮਈ ਕਰਨ ਦੇ ਲਈ ਉਹਨਾਂ ਦਾ ਇੱਕ ਵਿਸ਼ੇਸ਼ ਯੋਗਦਾਨ ਰਿਹਾ। ਸੋ ਸਾਰੇ ਪੰਜਾਬ ਕੇਸਰੀ ਗਰੁੱਪ ਨੂੰ ਬਹੁਤ ਬਹੁਤ ਧੰਨਵਾਦ ਜੀ। ਹਰ ਸਾਲ ਤੁਸੀਂ ਆਉਂਦੇ ਹੋ, ਹਰ ਸਾਲ ਰਾਮ ਭਗਤਾਂ ਨੂੰ ਮਿਲਦੇ ਹੋ, ਸ਼ੋਭਾ ਯਾਤਰਾ ਦੇ ਵਿੱਚ ਵੀ ਹਿੱਸਾ ਲੈਂਦੇ ਹੋ, ਹਰ ਨੂੰ ਮੁਲਾਕਾਤ ਕਰਦੇ ਹੋ, ਕਿੱਦਾਂ ਲੱਗ ਰਿਹਾ ਇਸ ਵਾਰ ਦੇਖਣ ਨੂੰ, ਕਿਹੜਾ ਯੋਧਿਆ ਨਜ਼ਰ ਜਲੰਧਰ ਯੋਧਿਆ ਬਣ? ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਰਾਮਲੱਲਾ ਜੀ ਦਾ ਜਿਹੜਾ ਸਥਾਨ ਬਣਿਆ ਉਹਦੇ ਕਰਕੇ ਅੱਜ ਵਿਸ਼ੇਸ਼ ਚਾਅ ਹੈ ਸੰਗਤ ਦੇ ਵਿੱਚ। ਅੱਜ ਜਿਹੜੇ ਲੰਗਰ ਹੈ ਉਹਨਾਂ ਦੀ ਵੀ ਜਿਹੜੀ ਗਿਣਤੀ ਆ, ਮੈਂ ਸਮਝਦਾ ਕਿ ਪਿਛਲੀ ਵਾਰੀ ਨਾਲੋਂ ਜ਼ਿਆਦਾ ਹੈ, ਔਰ ਲੋਕ ਬੜੇ ਚਾਵਾਂ ਦੇ ਨਾਲ ਸੰਗਤ ਦੀ ਸੇਵਾ ਦੇ ਲਈ ਅੱਜ ਸੜਕਾਂ ਦੇ ਉੱਤੇ ਉਮੜੇ ਹੈ। ਦੁਕਾਨਦਾਰ ਵੀਰ ਵੱਖ ਵੱਖ ਸਭਾ ਸੁਸਾਇਟੀਆਂ ਮੰਦਰਾਂ ਵੱਲੋਂ ਅੱਜ ਵਿਸ਼ਾਲ ਲੰਗਰ ਭੰਡਾਰੇ ਆ ਜਿਹੜੇ ਉਹਨਾਂ ਦੇ ਆਯੋਜਨ ਆ ਜਿਹੜੇ ਸ਼ੋਭਾ ਯਾਤਰਾ ਦੇ ਰੂਟ 'ਤੇ ਕੀਤੇ ਗਏ ਆ।